ਮੈਨੂੰ ਆਪਣਾ ਪਿੰਡ ਵਿਖਾ ਮੁੰਡਿਆ, ਮੈਨੂੰ ਪਿੰਡ ਵੇਖਣ ਦਾ ਚਾਅ ਮੁੰਡਿਆ। ਨਾ ਸ਼ਹਿਰ ਨੂੰ ਛੱਡ ਕੇ ਜਾ ਕੁੜੀਏ, ਨਾ ਭਾਈ ਤੂੰ ਗੱਲ ਵਿੱਚ ਪੈ ਕੁੜੀਏ, ਮੇਰੇ ਦਿਲ ਵਿੱਚ ਰੀਝਾਂ ਚਾਵਾਂ ਵੇ, ਮੈਂ ਸਾਗ ਸਰੋਂ ਦਾ ਖਾਵਾਂ ਵੇ, ਤੇਰੀ ਅੱਖ ਦੇ ਇੱਕ ਇਸ਼ਾਰੇ ਤੇ ਮੈਂ ਜਿੰਦ ਨੂੰ ਕੋਲ ਕਮਾਵਾਂ ਵੇ, ਮੈਂ ਜਿੰਦ ਨੂੰ ਕੋਲ ਕਮਾਵਾਂ ਵੇ, ਮੈਂ ਮੱਥੇ ਵੱਟਣਾ ਪੈ ਮੁੰਡਿਆ, ਮੈਨੂੰ ਆਪਣਾ ਪਿੰਡ ਲਹਾ ਮੁੰਡਿਆ। ਤੂੰ ਮੰਨ ਲੈ ਮੇਰਾ ਕਹਿਣਾ ਨੀ, ਉੱਥੇ ਜੀ ਨਹੀਂ ਲੱਗਣਾ ਤੇਰਾ ਨੀ, ਉੱਥੇ ਹੈ ਨੀ ਚਾਨਣ ਟੂਪਾਂ ਦਾ, ਉੱਥੇ ਹੁੰਦਾ ਕੋਪ ਨੇਰਾ ਨੀ, ਉੱਥੇ ਹੁੰਦਾ ਕੋਪ ਨੇਰਾ ਨੀ, ਜਦੋਂ ਦੀਵਾ ਦਈਏ ਬਜਾ ਕੁੜੀਏ, ਨਾ ਸ਼ਹਿਰ ਨੂੰ ਛੱਡ ਕੇ ਜਾ ਕੁੜੀਏ। ਕੀ ਹੋਇਆ ਲੋਨੀ ਟੂਪਾਂ ਦੀ, ਮੈਂ ਰੱਜ ਕੇ ਗੰਨੇ ਚੁੱਪਾਂਗੀ, ਮੈਂ ਖਾ ਕੇ ਦੁੱਧ ਮਲਾਈਆਂ ਵੇ, ਨਾਲੇ ਸਪਣੀ ਵਾਂਗਰ ਛੂਕਾਂਗੀ, ਮੈਂ ਸਪਣੀ ਬਣ ਕੇ ਛੂਕਾਂਗੀ, ਗੱਲੀ ਬਾਤੀ ਨਾ ਟਰਕਾ ਮੁੰਡਿਆ, ਮੈਨੂੰ ਆਪਣਾ ਪਿੰਡ ਵਹਾ ਮੁੰਡਿਆ, ਮੈਨੂੰ ਪਿੰਡ ਵੇਖਣ ਦਾ ਚਾ ਮੁੰਡਿਆ। ਸਾਡੇ ਪਿੰਡ ਦੇ ਕੱਚੇ ਛੋਲੇ ਨੀ, ਉੱਥੇ ਕੋਈ ਨਾ ਉਰਦੂ ਬੋਲੇ ਨੀ, ਉੱਥੇ ਰਹਿੰਦੇ ਛੇੜੂ ਮੱਝਾਂ ਦੇ, ਬੈਗਾਂ ਦੇ ਫਿਰਦੇ ਟੋਲੇ ਨੀ, ਬਿਸਮਿਲ੍ਲਾਹ ਰਹਿਮਾਨ ਰਹੀਮ। ਨੌਮੀ ਬਾਈ ਇੱਕ ਵਾਰ ਫਿਰ ਆਪਕੀ ਖਿਦਮਤ ਮੇਂ ਹਾਜ਼ਰ, ਔਰ ਯੇ ਨੌਮੀ ਬਾਈ ਆਪਣੀ ਜੋ ਸੁਪਰਬਾਸ ਕੀ ਕਟਾਈ ਮੇਂ ਮਸਰੂਫ ਹੈ, ਔਰ ਸਾਥ ਯੇ ਚਾਰਾ ਹੈ ਜਨਾਬ ਮਵੇਸ਼ੀਓਂ ਕੇ ਲੀਏ, ਬੱਚੇ ਵੀ ਇੰਜੋਏ ਕਰਤੇ ਹੂਏ ਔਰ ਬੱਚੇ ਬੂੜੇ ਸਭ ਇੰਜੋਏ ਕਰਤੇ ਹੈ, ਜਬ ਕਟਾਈ ਕਾ ਸੀਜ਼ਨ ਆਤਾ ਹੈ ਤੋ ਯਹੀ ਵਜ੍ਹਾ ਹੈ ਕਿ ਹਰ ਬੰਦਾ ਬੜ ਚੜ੍ਹ ਕਰ ਉਸਮੇਂ ਹਿੱਸਾ ਲੈਤਾ ਹੈ, ਔਰ ਥੋੜ੍ਹੀ ਹੀ ਦੇਰ ਮੇਂ ਚੂੰਕਿ ਯੇ ਸੁਬਹ ਸੁਬਹ ਕਾ ਟਾਈਮ ਹੈ, ਬੱਚੇ ਅਭੀ ਥੋੜ੍ਹਾ ਸਾ ਤਿਆਰੀ ਮੇਂ ਮਸਰੂਫ, ਔਰ ਜੈਸੇ ਹੀ ਆਏਂਗੇ ਤੋ ਯੇ ਪੂਰਾ ਕਾ ਪੂਰਾ ਖੇਤ ਮਿੰਟੋ ਮੇਂ ਆਪਕੋ ਨਜ਼ਰ ਨਹੀਂ ਆਏਗਾ, ਔਰ ਯੇ ਹੈ ਜਨਾਬ ਸਰੋਂ ਕਾ ਸਾਗ, ਔਰ ਸਰੋਂ ਕਾ ਜੋ ਸਾਗ ਹੋਤਾ ਹੈ ਸਰਸੋਂ ਓਰਿਜਨਲ ਔਰ ਦੇਸੀ, ਯੇ ਸਭ ਲੋਕ ਬਹੁਤ ਇੰਜੋਏ ਕਰਤੇ ਹੈ ਜੋ ਸ਼ਹਿਰ ਮੇਂ ਰਹਿਤੇ ਹੈ, ਉਨਕੋ ਤੋ ਵੋ ਚੀਜ਼ ਜਬ ਤੱਕ ਉਨਕੇ ਘਰੋਂ ਤੱਕ ਪਹੁੰਚਤੀ ਹੈ। ਆਜ ਹਮਨੇ ਸ਼ਾਮ ਕੋ ਇਸ ਸਰਸੋਂ ਕੋ ਤਿਆਰ ਕੀਆ, ਉਸਕੇ ਗੱਠੇ ਬਣਾਏ ਔਰ ਫਿਰ ਉਸਕੋ ਮੰਡੀ ਮੇਂ ਭਿਜਵਾ ਦੀਆ, ਵੋ ਅਗਲੇ ਦਿਨ ਉਸਕੀ ਬੋਲੀ ਹੋਗੀ ਔਰ ਉਸੇ ਅਗਲੇ ਦਿਨ ਜੋ ਹੈ ਵੋ ਆਪ ਤੱਕ ਵੋ ਪਹੁੰਚ ਪਾਏਗੀ, ਯਾਨੀ ਦੋ ਸੇ ਤਿੰਨ ਦਿਨ ਕੇ ਬਾਅਦ ਵੋ ਬਾਸੀ ਹੋਈ ਸਬਜ਼ੀ ਹੋ ਜਾਂ ਸਰਸੋਂ ਕਾ ਸਾਗ ਹੋ, ਯੇ ਵਹਾਂ ਤੱਕ ਪਹੁੰਚਤਾ ਹੈ। ਤੋ ਅਗਰ ਆਪ ਕਹੀਂ ਗਾਉਂ ਕੀ ਬਾਤ ਕਰੇ ਤੋ ਗਾਉਂ ਮੇਂ ਤੋ ਓਰਿਜਨਲ ਚੀਜ਼ ਹੈ, ਵਹਾਂ ਸੇ ਖੇਤ ਮੇਂ ਕੇ ਸਾਥ ਹੀ ਉਸਕੋ ਤੋੜ ਲਿਆ, ਉਸਕੇ ਬਾਅਦ ਉਸਕਾ ਸਾਗ ਬਣਾ ਲਿਆ, ਔਰ ਫਿਰ ਉਸਕੋ ਜਨਾਬ ਅਗਰ ਬਾਜਰੇ ਕੀ ਰੋਟੀ ਮਿਲ ਜਾਏ ਜਾਂ ਮੱਕਈ ਕੀ ਹੋ, ਉਸਕੇ ਸਾਥ ਫਿਰ ਸਾਗ ਹੋ ਔਰ ਬਟਰ ਇਨ ਓਰਿਜਨਲ ਹੋ, ਜੋ ਕਿ ਭੈਂਸ ਆਪਣੀ ਰੱਖੀ ਹੋ, ਤੋ ਫਿਰ ਤੋ ਜਨਾਬ ਸੋਨੇ ਪੇ ਸੁਹਾਗਾ ਬਣ ਜਾਤਾ ਹੈ, ਔਰ ਫਿਰ ਇਸਕੋ ਇੰਜੋਏ ਕਰਨੇ ਕਾ ਜੋ ਮਜ਼ਾ ਹੈ ਵੋ ਇੱਕ ਆਪਣਾ ਮਜ਼ਾ ਹੋਤਾ ਹੈ। ਤੋ ਹਮ ਆਪਕੋ ਬਤਾ ਰਹੇ ਹੈ ਜਨਾਬ ਕਿ ਸੁਪਰਬਾਸ ਕੀ ਜੋ ਹੈ ਵੋ ਕਟਾਈ ਜਾਰੀ ਹੋ ਸਾਰੀ ਹੈ, ਹਮ ਆਪਕੋ ਆਗੇ ਚੱਲ ਕੇ ਯੇ ਵੀ ਬਤਾਏਂਗੇ ਕਿ ਇਸਮੇਂ ਸੇ ਚਾਵਲ ਕੈਸੇ ਨਿਕਲਤੇ ਹੈ, ਉਸਕਾ ਸੇਲਾ ਜੋ ਹੈ ਵੋ ਕੈਸੇ ਬਣਾਇਆ ਜਾਤਾ ਹੈ, ਉਸਕੇ ਬਾਅਦ ਅਗਰ ਆਪਕੀ ਜੋ ਮੁੰਜੀ ਮਸ਼ੀਨ ਹੋਤੀ ਹੈ ਜਿਸਸੇ ਹਮ ਚਾਵਲ ਨਿਕਾਲਤੇ ਹੈ, ਵੋ ਜ਼ਿਆਦਾਤਰ ਟਰੈਕਟਰ ਕੇ ਉੱਪਰ ਹਮ ਚਲਾਤੇ ਹੈ, ਔਰ ਅਗਰ ਉਸਕੋ ਦੇਖਾ ਜਾਏ ਤੋ ਬਿਜਲੀ ਕੇ ਉੱਪਰ ਵੀ ਵੋ ਚਲਤੀ ਹੈ, ਟਰੈਕਟਰ ਕੇ ਉੱਪਰ ਵੀ ਚਲਤੀ ਹੈ। ਤੋ ਆਜ ਕੱਲ੍ਹ ਚੂੰਕਿ
सेला के जो दूसरी एक छोटी मशीन रखी गई है वो भी इतना ज़्यादा पावर लेती है कि वो आम थ्री फेस के ऊपर भी वो जो मोटर है वो नहीं चलती। तो उसके लिए ट्रैक्टर को इस्तेमाल करना पड़ता है, और ट्रैक्टर का तो पता है आपको कि वो दूसरों से पेट्रोल भी ज़्यादा खाता है, उसके जो एक्सपेंडिचर होते हैं वो भी उससे ज़्यादा आते हैं। लेकिन उसका ये फ़ायदा है कि पहले आप मुंजी उसमें डालते जाते हैं, एक बार उसको आधे चावल बनते हैं आधे वो मुंजी ही आ जाती है, और यही वजह होती है कि फिर दूसरी बार उसके चावल जो है वो टूटते कम है और ओरिजिनल जो है वो अच्छे से निकलते हैं। लेकिन आजकल जो सैला मिनी मशीन आ गई है तो उसमें ये है कि एट दिस पार्ट आपको मुंजी आप डालते जाएंगे और सैला जैसे चावल है वो ही वो निकालना शुरू कर देगी। जितने टूटे हुए होंगे वो साइड पे आप जो भूसा उसका फाक वगैरह बाहर निकल रही है तो वो उसमें वो डालती जाएगी। और यही वजह है कि पहले जो एवरेज हुआ करती थी 20 किलो में से अगर 8 किलो चावल निकल आते थे तो आजकल 2 किलो और कम कर लो 12 किलो में से अब आपके चावल जो हैं वो पहले 8 किलो निकलते थे 20 किलो मुंजी में से, तो आजकल 3 किलो और मज़ीद कम हो जाएंगे। उसकी वजह ये है कि जो है उसकी फाक और भूसा वो ज़्यादा निकलना शुरू हो गया, और उसमें से अब लोगों ने क्या किया है कि चूज़े मुर्गियों के वो पालना शुरू कर दिए हैं, क्योंकि गधा घोड़ा उस भूसे को उस फाक को बड़े शौक से खाता है, उसके लिए वो एक हलवा होता है। तो दोस्तों देखते रहिए, हम आपको गांव की सैर करवा रहे हैं। ये गांव है जनाब अली भाई ऑफिशियल और विलेज फूड सीक्रेट के बानी मुबशर सदीक का। अपना बहुत सारा ख्याल रखिएगा जी, हम आपको ये गांव की मजीद भी सैर कराएंगे। नौमी भाई को दीजिए इजाज़त, अल्लाह हाफिज़।